मित्रों की हाल है? ठीक हो वालो? आज मौसम में माशाल्लाह बिल्कुल क्लियर हो गया है। कल बारिश हो रही थी तो आज मौसम बिल्कुल साफ है। तो चटे छटे अभी खोल दिते ने हम तो इंशाल्लाह ताला धन अज इटा के बारे दसते हैं कि किहो जिहियां इटा निकल रही साढ़े भट्ठे ते तुहानू पूरी ब्रीफिंग देंदे हैं। मेरे नाल अज उस्ताद हुरी ते धन बिल्कुल जरा नहीं सही तरीके नाल ब्रीफिंग देवांगे इंशाल्लाह ताला। अवल किहड़ियां ना खिंगर किहड़ी है, दोम किहड़ी है, छांट किहड़ी है, तो चलते हैं भट्ठे की तरफ। आ जाओ कि आ जनाब उस्ताद इरफान हुरी ने टिक टाक तो बड़े मशहूर जनाब जी है भट्ठे के एनालिस्ट नो ते ये दसन दे अज इंशाल्लाह ताला कि इटा निकल रही साढ़े भट्ठे चो तो किस तरह दी निकल रही। हाँ जी उस्ताद जी, जरा दसो ना कि जरा ब्रीफिंग सही करके दो साढ़े नाजरीन नो साढ़े जो व्यूअर नो। आप पहले ढेर का भी थोड़ा दसो ना ये किहड़ियां पईयां ने इटा? जी अव्वल इट पई है। अच्छा ये साड़ी भट्ठे की निकासी हुई है। बाद दफा इंज हों के जो असी इट देने ना तो गाहक का यह शिकवा हों जी ये रत्ती आ गई है। अच्छा अच्छा उसकी वजह रत्ती दी रंग का होंगे मिट्टी का कलर होंगे अपना अपना। अच्छा अच्छा जिस तरह हम वेखो ना उस ढेर टुर चलो ना जरा व्यू ठीक आ जाए नाजरीन साढ़े जरा नहीं सही नज़र आ जाए ना इटा। लेकिन मिट्टी का कलर होंगे अपना अपना इट की पकाई वेखनी होंगी वेखो ए रत्ती है जी हां वेखो ए चिट्टी है जी हां। लेकिन इस चीज का फर्क कढ़ना होवे तो ए के नैन वेखो जी हां धन समझ आ जाएगी कि रत्ती ते चिट्टी च फर्क की है। इट दी पकाई होंदी है मेटल दी आवाज मतलब है होनी चाहिए जी ये दी है टन टन होनी जिस तरह जेड़ा एक प्लेट उते चम्मच मारिए जी चम्मच मारिए ते टन टन दी आवाज होनी चाहिए। इन इन द इन दी आवाज आवे ते फिर इट बेहतरीन इट होंदी। चलो ओ छांट भी दिखा छोड़ो एक बारी इस तरह हुन जेड़ी असी रत्ती इनन छांट आ दे हां ओ हुन असी दस लिया। ये बड़े बंदे दे कमेंट शमेंट आंदे ना बा पता नहीं लगदा उहनां ना ਬਛਾਂਟ ਇਹ ਆ ਛਾਂਟ ਪਈ ਹੈ ਜੀ ਹਾਂ। ਹੁਣ ਭੱਠੇ ਵਿੱਚ ਚਲਦੇ ਆ ਤੇ ਉਹ ਵੀ ਦੱਸਦੇ ਆ ਬਛਾਂਟ ਕਿਵੇਂ ਬਣਦੀ ਹੈ ਤੇ ਅਵਲ ਕਿਵੇਂ ਬਣਦੀ ਹੈ ਤੇ ਖਿੰਗਰ ਕਿਵੇਂ ਬਣਦੀ ਹੈ। ਸਹੀ ਹੈ ਇਹ ਹੁਣ ਛਾਂਟ ਹੈ ਜੀ ਹਾਂ। ਇਹ ਵੇਖੋ ਨਾ ਜੀ ਇਹਦੇ ਵਿੱਚ ਵੀ ਫਰਕ ਉਹ ਹੀ ਹੈ ਸਿਰਫ ਥੋੜਾ ਜਿਹਾ ਇਹਦੇ ਹੱਥੇ 'ਚ ਫੜ ਕੇ ਦਾ ਫਰਕ ਮਹਿਸੂਸ ਹੁੰਦਾ ਹੈ। ਇਹ ਵੇਖੋ ਵਾਹ ਜੀ ਵਾਹ ਠੀਕ ਹੈ ਵਾਹ ਤੇ ਇਹਦੀ ਵੀ ਚੰਗੀ ਹੁੰਦੀ ਪਈ ਵਾਹ ਠੀਕ ਹੈ। ਲੇਕਿਨ ਇਹਦੇ ਵਿੱਚ ਇਹ ਹੁੰਦੀ ਹੈ ਨਾ ਉੱਤੇ ਜਿਹੜੀ ਜਿੱਥੋਂ ਅਸੀਂ ਅੱਗ ਬੰਦ ਕੀਤੀ ਹੁੰਦੀ ਹੈ ਨਾ ਜੀ ਹਾਂ ਜਿਹਨਾਂ ਦੀ ਜ਼ੰਜੀਰਾਂ ਆਖਦੇ ਆ ਜੀ ਹਾਂ ਇਹ ਇਸ ਵਜ੍ਹਾ ਤੋਂ ਬੰਦ ਹੁੰਦੀ ਹੈ ਇਹਨੇ ਸਿਰਫ ਛੋਲਾ ਆਪੜਦਾ ਹੈ ਇਹਦੇ ਵਿੱਚ ਅੱਗ ਨਹੀਂ ਹੁੰਦੀ ਇਸ ਵਾਸਤੇ ਇਹਦੀ ਤੋਂ ਪਕਾਈ ਥੋੜੀ ਹਲਕੀ ਹੁੰਦੀ ਹੈ ਕਲਰ ਇਹਦਾ ਰੱਤਾ ਹੁੰਦਾ ਹੈ। ਤੇ ਦੱਸੋ ਫਿਰ ਖਿੰਗਰ ਦਾ ਢੇਰ ਕਿਹੜਾ ਲੱਗਿਆ ਉਹ ਵੀ ਤਕਾਓ। ਖਿੰਗਰ ਦਾ ਢੇਰ ਉਹ ਉੱਧੇ ਪਿਆ ਉਹ ਸਾਹਮਣੇ ਹੁਣ ਵੀ ਥੋੜੀ ਜਿਹੀ ਬਾਹਰ ਜਿਹੜਾ ਢੇਰ ਪਿਆ ਦੱਸ ਛੜੋ ਉਹ ਵੀ ਅਸੀਂ ਦੱਸ ਦਿਆਂ ਕਿਉਂਕਿ ਨਾਜ਼ਰੀਨ ਨੂੰ ਪਤਾ ਲੱਗ ਜਾਵੇ ਵਿਊਰ ਸਾਡੇ ਜਿਹੜਾ ਨਹੀਂ ਉਹਨਾਂ ਨੂੰ ਪਤਾ ਲੱਗ ਜਾਵੇ। कोला बढ़दा हीट ज्यादा हो जाती है इस वजह तो खिंगर हो जाती है। चलो ठीक है ਹੁਣ ਗੋਤ ਕੀ ਤਕਾ ਤੋ ਤੁਹਾਨੂੰ ਹੋਰ ਹੁਣ ਭੱਠੇ ਵਿੱਚ ਲੈ ਚਲਦੇ ਆ ਉੱਥੇ ਨਾ ਮਜ਼ੀਦ ਜਿਹੜਾ ਉਹ ਡਿਟੇਲ ਨਾਲ ਸਮਝਾਉਂਦੇ ਆ ਕਿ ਚਲੋ ਚਲੋ ਜੀ ਭੱਠੇ ਦੇ ਅੰਦਰ ਨਾਜ਼ਰੀਨ ਭੱਠੇ ਦੇ ਅੰਦਰ ਜਾ ਰਹੇ ਆ ਅਸੀਂ ਤੇ ਭੱਠੇ ਦੇ ਅੰਦਰ ਉਹ ਵੀ ਦਨ ਜਾ ਕੇ ਸਮਝਾਉਂਦੇ ਆ ਤਾਂ ਕਿ ਦਨ ਪਤਾ ਲੱਗ ਸਕੇ ਮਾਲੂਮਾਤ ਮਿਲ ਸਕੇ ਔਰ ਤੁਸੀਂ ਅਗਰ ਇਟਾ ਖਰੀਦਣਾ ਚਾਹੋ ਤੇ ਦਨ ਆਸਾਨੀ ਪੈਦਾ ਹੋ ਸਕੇ। ਠੀਕ ਹੈ ਜੀ ਅਗਰ ਵਿੱਚ ਸਰਾਖ ਨਜ਼ਰ ਆ ਰਹੇ ਨੇ ਇਹਦੇ ਵਿੱਚ ਕੋਲਾ ਉੱਤੋਂ ਸੱਟਿਆ ਜਾਂਦਾ ਹੈ ਜੀ ਹਾਂ
ਇੱਥੇ ਆ ਕੇ ਉਹ ਬਲਦਾ ਹੈ। ਸਹੀ ਹੈ। ਜਦੋਂ ਅੱਗ ਲੱਗੀ ਹੁੰਦੀ ਹੈ ਸਾਰੀ ਉਸ ਵੇਲੇ ਮਤਲਬ ਹੀਟ ਹੁੰਦੀ ਹੈ, ਅੱਗ ਹੀ ਅੱਗ ਹੁੰਦੀ ਹੈ। ਸਹੀ ਹੈ। ਇੱਥੇ ਕੋਲਾ ਜਲਦਾ ਹੈ, ਇਹ ਵੇਖੋ ਨਾ ਜ਼ਰਾ ਕੈਮਰਾ ਇੱਧਰ ਮਾਰੋ ਜੀ। ਆ ਇੱਥੇ ਕੋਲਾ ਜਲਦਾ ਹੈ, ਇਹ ਖਿੰਗਰ ਬਣੀ ਪਈ ਹੈ ਵੇਖੋ ਜੀ। ਸਹੀ ਹੈ। ਇਹ ਠੀਕ ਹੈ, ਇਹ ਇਹ ਜਿਹੜੀ ਹੈ ਬਾਹਰ ਨਿਕਲੀ ਹੋਈ ਹੈ, ਇੱਥੋਂ ਤੱਕ ਖਿੰਗਰ ਬੰਦਾ ਜੀ। ਇੱਥੋਂ ਤੱਕ ਅਸੀਂ ਖਿੰਗਰ ਗਿਣਦੇ ਆ, 3-4 ਰੰਦੇ, 1-2-3 ਤੇ 4। ਠੀਕ ਹੈ। ਉਸ ਤੋਂ ਅਵਲ ਕਿਹੜੀ ਹੁੰਦੀ ਹੈ? ਇਹ ਇੱਥੋਂ ਅਵਲ ਸ਼ੁਰੂ ਹੋ ਗਈ ਹੈ ਜੀ, ਤੋੜ ਤੱਕ ਅਵਲ ਹੈ। ਸਹੀ ਹੈ। ਇੱਥੋਂ ਤੱਕ ਠੀਕ ਹੈ। ਇਹ ਉਤਲੀ ਹੈ ਜਿਹੜੀ ਹੈ, ਇਹ ਉਤਲੀ, ਇਹ ਵੀ ਅਵਲ ਹੈ। ਹੁਣ ਉੱਤੇ ਲੈ ਚੱਲਦੇ ਆ ਬੱਠੇ ਉੱਤੇ, ਉੱਥੇ ਅਸੀਂ ਇਹਨਾਂ ਨੂੰ ਵਿਖਾਉਂਦੇ ਆ ਕਿ ਛਾਂਟ ਤੇ ਦੋਮ ਸਾਡੀ ਕਿੱਥੋਂ ਨਿਕਲੀ। ਚਲੋ ਜੀ ਆ ਜਾਓ। ਚਲੋ ਜੀ ਉਸਤਾਦ ਜੀ, ਉਸਤਾਦ ਹੋਰਾਂ ਨਾਲ ਅਸੀਂ ਬੱਠੇ ਤੇ ਚੱਲਦੇ ਹਾਂ ਅਤੇ ਉੱਤੋਂ ਤੱਕਦੇ ਹਾਂ ਬੱਠੇ ਦੇ, ਉੱਤੋਂ ਵੀ ਦੰਦ ਤਕਾਉਂਦੇ ਹਾਂ ਇੱਕ ਵਾਰੀ। ਸਹੀ ਕਰਕੇ ਬਰੀਫਿੰਗ ਦੇ ਰਹੇ ਦਨ ਨਾਜ਼ਰੀਨ। ਲਓ ਜੀ ਜੀ, ਹੁਣ ਦੱਸੋ ਸਾਡੇ ਨਾਜ਼ਰੀਨ ਨੂੰ ਛਾਂਟ ਰੇਟ ਦੇ ਬਾਰੇ ਥੋੜ੍ਹੀ ਜਿਹੀ ਦੱਸੋ ਜੀ। ਆ ਜੀ ਆ, ਇਹ ਤਾਂ ਸਹੀ ਨਜ਼ਰ ਆ ਰਿਹਾ ਜੀ। ਇਹ ਚੀਜ਼ ਇਹ ਹੁਣ ਅਸੀਂ ਉੱਤੋਂ ਜ਼ੰਜੀਰਾ ਲਾਏ ਆ। ਠੀਕ ਹੈ ਠੀਕ ਹੈ, ਇਹ ਜ਼ੰਜੀਰਾ ਲਾਏ ਆ, ਇਹ ਸਾਰਾ ਸਾਡਾ ਅਵਲ ਮਾਲ ਹੈ। ਸਹੀ ਹੈ। ਤਿਆਰ ਹੈ, ਤੋੜ ਥੱਲੇ ਚਾਰ ਰੰਦੇ ਥੱਲੇ ਖਿੰਗਰ ਤੇ ਛੱਡ ਕੇ ਇਹ ਦੋਮ ਤੇ ਛਾਂਟ ਤੇ ਜਨ ਇਹ ਦੋ ਇਹ ਉਤਲਾ ਜਿਹੜਾ ਰੱਦਾ ਹੈ, ਇਹ ਉਤਲਾ ਚਾਪਾ ਹੁੰਦਾ ਹੈ, ਚਾਪਾ ਜਿਹੜਾ, ਇਹ ਦੋਮ ਬਣਦੀ ਹੈ, ਇਹ ਦੋਮ ਬਣਦੀ ਹੈ ਕਿਉਂਕਿ ਬਿਲਕੁਲ ਹਲਕਾ। ਇਹ ਵੇਖੋ ਨਾ ਜੀ। ਠੀਕ ਹੈ। ਇਹਦੀ ਆਵਾਜ਼ ਸਹੀ ਹੈ। ਇਹਨਾਂ ਦੀ ਪੱਟਾਂ ਦੇ ਜੀ ਆ, ਇਹ ਸਾਡੀਆਂ ਮੋਰੀਆਂ ਨੇ ਜਿੱਥੋਂ ਕੋਲਾ ਪਾਉਂਦੇ ਆ ਜੀ ਆ, ਇਹ ਅਸੀਂ ਉੱਤੇ ਚਾਪਾ ਲਾਇਆ ਹੁੰਦਾ ਕਿ ਉੱਤੋਂ ਸਾਹ ਬੰਦ ਰਹੇ। ਸਹੀ ਹੈ। ਇਹ ਅੱਜ ਮੈਂ ਮਜ਼ੀਦ ਇਹਨਾਂ ਨੂੰ ਪੱਟ ਕੇ ਵਿਖਾ ਦੇਣਾ। ਸਹੀ ਹੈ। ਇਹ ਇਹ ਵੇਖੋ ਜੀ, ਇਹ ਚੀਜ਼ ਇਹ ਦੋਮ ਹੈ। ਸਹੀ ਹੈ। ਇਹ ਚਾਪਾ ਲਾਵਾਂਦੇ ਇਸ ਤੋਂ ਥੱਲੇ ਇੱਕ ਵਾਰ ਹੁੰਦਾ ਜੇ ਅਸੀਂ ਛਾਂਟ ਆ ਦਿਆਂ। ਸਹੀ ਹੈ। ਜ਼ੰਜੀਰਾ ਯਾਨੀ ਕਿ ਇਹ ਇਹ ਉਹ ਇਹ ਛਾਂਟ ਹੈ ਜੀ, ਇਹ ਛਾਂਟ ਹੈ ਜੀ। ਇਹ ਫੇਰ ਦਰਦਕਾਓ ਇੱਕ ਵਾਰੀ ਨਾਜ਼ਰੀਨ ਨੂੰ। ਇਹ ਜ਼ੰਜੀਰੇ ਦੀ ਜਿੱਟ ਹੈ ਜੀ ਆ, ਇਹਨਾਂ ਦੀ ਛਾਂਟ ਗਿਣਦੇ ਆ। ਔਰ ਇਹ ਜਿਹੜੀ ਪਹਿਲੇ ਮੈਂ ਲਾਈ ਹੈ ਜੀ ਆ, ਇਹ ਜੀ ਆ, ਇਹ ਦੋਮ ਹੈ, ਇਹ ਦੋਮ ਹੈ ਜਿਹੜੀ ਮੇਰੇ ਖੱਬੇ ਹੱਥ ਠੀਕ ਹੈ। ਜਿਹੜੇ ਜੇ ਡੱਬ ਖੜਬੀ ਹੁੰਦੀ ਹੈ ਇਹ ਛਾਂਟ ਹੁੰਦੀ ਹੈ, ਇਹ ਛਾਂਟ ਹੁੰਦੀ ਹੈ ਕਿਉਂਕਿ ਇਹ ਇੱਕ ਰੰਦਾ ਥੱਲੇ ਹੁੰਦੀ ਹੈ। ਠੀਕ ਹੈ ਠੀਕ ਹੈ ਜੀ ਆ, ਜਿਹੜੀ ਸਾਰਿਆਂ ਤੋਂ ਉਤਲਾ ਰੰਦਾ ਹੁੰਦੀ ਉਹ ਦੋਮ ਹੈ। ਇਹ ਵੇਖੋ ਜੀ, ਇਹ ਮੇਰੇ ਹੱਥ ਵਿੱਚ ਦੋਮਨ ਦੋਵੇ ਠੀਕ ਹੈ। ਇਹਨਾਂ ਦਾ ਆਵਾਜ਼, ਇਹਨਾਂ ਦੀ ਫੁੱਸ ਫੁੱਸ ਜੀ ਆਵਾਜ਼ ਹੁੰਦੀ ਫੁੱਸ ਫੁੱਸ ਦੀ ਠੀਕ ਹੈ। ਥੱਲੇ ਹੁਣ ਮੈਂ ਦੂਆ ਰੰਦਾ ਕੱਢਿਆ ਹੈ, ਹਾਂ ਇਹ ਛਾਂਟ ਹੈ ਠੀਕ ਹੈ ਠੀਕ ਹੈ। ਫਰਕ ਹੁਣ ਤੂੰ ਦਾਨ ਆਪੇ ਮਹਿਸੂਸ ਹੋ ਗਿਆ। ਠੀਕ ਹੈ, ਇਨਸ਼ਾਅੱਲਾ ਤਾਲਾ ਤੁਸੀਂ ਜੁਲਾਈ ਦੇ ਬਾਰੇ ਚ ਵੀ ਸਾਨੂੰ ਦੱਸਣਾ ਹੈ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ ਵਿੱਚ, ਤਾਂ ਕਿ ਨਾਜ਼ਰੀਨ ਨੂੰ ਪਤਾ ਲੱਗੇ ਕਿ ਭੱਠਾ ਦੇ ਮਾਮਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਜੀ। ਇਨਸ਼ਾਅੱਲਾ ਜ਼ਰੂਰ ਦੱਸਾਂਗੇ ਤੇ ਅਗਲੇ ਜੁਮੇ ਫਿਰ ਇਨਸ਼ਾਅੱਲਾ ਤਾਲਾ ਅਗਲੇ ਜੁਮੇ ਫਿਰ ਬਰੀਫਿੰਗ ਦੇਸੋ ਠੀਕ ਹੈ। ਅੱਲਾ ਦੇ ਹਵਾਲੇ ਸੰਗੀਓ ਬੇਲੀਓ।